ਕਿਵੇਂ ਹੋ ਸਾਰੇ ਵੈਲਕਮ ਟੂ ਮਾਈ ਚੈਨਲ ਮਾਈ ਸੈਲਫ ਮੈਕ ਬੈਂਸ ਅਤੇ ਹੁਣੇ ਮੈਂ ਉੱਠੀ ਸੀਗੀ ਬਾਹਰ ਬਹੁਤ ਜ਼ਿਆਦਾ ਠੰਡ ਹੈਗੀ ਆ ਐਂਡ ਸਵੇਰੇ ਸਵੇਰੇ ਤਾਂ ਕਾਫੀ ਧੁੰਦ ਸੀਗੀ ਤੜਕੇ ਤੜਕੇ ਅਤੇ ਹੁਣ ਕਾਫੀ ਠੀਕ ਹੋ ਗਿਆ ਆ ਅਤੇ ਮੈਂ ਹੁਣ ਪੀਣ ਲੱਗੀ ਸੀ ਦੁੱਧ ਐਂਡ ਮੰਮਾ ਬ੍ਰੇਕਫਾਸਟ ਵਗੈਰਾ ਬਣਾ ਰਹੇ ਆ ਟਿਫਨ ਪੈਕ ਕਰ ਰਹੇ ਨੇ ਸਟੇ ਟਿਊਨਡ ਮੰਮਾ ਜਿਹੜਾ ਦੁੱਧ ਮੇਰੇ ਲਈ ਬਣਾਉਂਦੇ ਆ ਉਹ ਬਹੁਤ ਹੀ ਹੈਲਦੀ ਹੁੰਦਾ ਉਹਦੇ ਵਿੱਚ ਮੰਮਾ ਨੇ ਬਹੁਤ ਕੁਛ ਪਾਇਆ ਹੁੰਦਾ ਆ ਅੰਜੀਰ ਪਾਏ ਹੁੰਦੇ ਆ ਡਰਾਈ ਫਰੂਟਸ ਪਾਏ ਹੁੰਦੇ ਆ ਅਤੇ ਹਲਦੀ ਵੀ ਪਾਈ ਹੁੰਦੀ ਆ ਬਹੁਤ ਟੇਸਟ ਮੈਂ ਤੁਹਾਨੂੰ ਦਿਖਾਉਂਦੀ ਹਾਂ ਡਰਾਈ ਫਰੂਟਸ ਨਾਲ ਦੁੱਧ ਡਰਾਈ ਫਰੂਟਸ ਮੈਂ ਥੋੜ੍ਹੇ ਹੀ ਖਾਣੇ ਸੀ ਕਿਉਂਕਿ ਮੈਂ ਸਵੇਰੇ ਭੁੱਖ ਨਹੀਂ ਹੁੰਦੀ ਅਤੇ ਆ ਰਿਹਾ ਮੇਰਾ ਦੁੱਧ ਫੇਵਰੇਟ ਫੇਵ ਆ ਅੰਜੀਰ ਹਾਂ ਮੰਮਾ ਅੱਗੇ ਭੇਜ ਕੇ ਰੱਖਦੇ ਹੁੰਦੇ ਆ ਬਦਾਮ ਬਟ ਰਾਤੀ ਮੰਮਾ ਭੁੱਲ ਗਏ ਸੀਗੇ ਇਹ 'ਚ ਅੰਜੀਰ ਹੈਗੀ ਹੈ ਹੋਰ ਕੀ ਸੀਗਾ ਮੰਮਾ ਕਾਲੀ ਮਿਰਚ ਕੇਸਰ ਟੇਸਟੀ ਬਹੁਤ ਹੁੰਦਾ ਆ ਤੁਸੀਂ ਵੀ ਬਣਾ ਕੇ ਕਦੀ ਟਰਾਈ ਕਰਿਓ ਪਾਪਾ ਮੈਂ ਸਾਡੇ ਤੋਂ ਪਹਿਲਾਂ ਹੀ ਉੱਠ ਗਏ ਸੀਗੇ ਹੁਣ ਉਹ ਪੰਛੀਆਂ ਨੂੰ ਖਾਣਾ ਪਾਉਣਗੇ ਤੁਹਾਨੂੰ ਦਿਖਾਉਂਦੇ ਆ ਕਿੱਦਾਂ ਬਣਾਉਂਦੇ ਆ ਦੇਖੋ ਪੰਛੀਆਂ ਦਾ ਆਟਾ ਤਿਆਰ ਹੋ ਗਿਆ ਆ ਹੁਣ ਪਾਪਾ ਦੇ ਛੋਟੇ ਛੋਟੇ ਬੋਲਸ ਬਣਾਉਣਗੇ ਐਂਡ ਫਿਰ ਪੰਛੀਆਂ ਨੂੰ ਪਾ ਕੇ ਆਉਣਗੇ ਪਾਪਾ ਦੀ ਰੂਟੀਨ ਸ਼ੁਰੂ ਹੋ ਚੁੱਕੀ ਹੈ ਅਤੇ ਉਹ ਪੰਛੀਆਂ ਨੂੰ ਦਾਣਾ ਉਹਨਾਂ ਨੇ ਪਾ ਦਿੱਤਾ ਹੋਇਆ ਤਾਂ ਦੇਖੋ ਕਿੰਨੇ ਸਾਰੇ ਕਬੂਤਰ ਆਈ ਐਮ ਰੈਡੀ ਹੁਣ ਮੈਂ ਰੈਡੀ ਹੋ ਗਈ ਹਾਂ ਸਕੂਲ ਜਾਣ ਲਈ ਐਂਡ ਹੁਣ ਮੈਂ ਨਾਸ਼ਤਾ ਵਗੈਰਾ ਕਰੂੰਗੀ ਅਤੇ ਫਿਰ ਆਟੋ ਆਉਣ ਵਾਲੀ ਆ ਮੇਰੀ ਫਿਰ ਮੈਂ ਥੋੜ੍ਹੀ ਦੇਰ 'ਚ ਚਲੇ ਜਾਣਾ ਬਾਏ ਬਾਏ ਪਾਪਾ ਜੀ ਦਾ ਨਾਸ਼ਤਾ ਤਿਆਰ ਆ ਮੇਰੀ ਆਰਤੀ ਉਤਾਰ ਰਹੇ ਹੈ ਅਤੇ ਮੂਲੀ ਦੇ ਪਰੌਂਠੇ ਆ ਦਹੀਂ ਮੈਂ ਲਗਾਇਆ ਸੀ ਪਤਾ ਨਹੀਂ ਕੀ ਕਾਰਨ ਹੋਇਆ ਕਿ ਦਹੀਂ ਨਹੀਂ ਜੰਮਿਆ ਅਤੇ ਹੁਣ ਤੁਹਾਨੂੰ ਚਾਹ ਦੇ ਨਾਲ ਹੀ ਪਰੌਂਠੇ ਖਾਣੇ ਪੈਣਗੇ ਮੈਨੂੰ ਰੋਜ਼ ਦਿਹਾੜੀ ਚਾਹ ਦੇ ਨਾਲ ਦੇ ਕੇ ਰੋਟੀ ਦਿੰਦੇ ਆ ਫਿਰ ਇਹਦੇ ਨਾਲ ਤੇਜ਼ਾਬ ਬਣਦਾ ਦਹੀਂ ਹੋਵੇ ਤਾਂ ਵਧੀਆ ਹੁੰਦਾ ਦਹੀਂ ਇੱਦਾਂ ਹੀ ਖਰਾਬ ਕਰ ਦਿੰਦੇ ਆ ਮੈਂ ਕੀ ਕਰਾਂ ਮੈਂ ਭੋਲਾ ਪੰਛੀ ਹਾਂ ਜੋ ਮਿਲ ਗਿਆ ਉਹੀ ਖਾ ਲੈਣਾ ਦੁੱਖ ਰੋ ਰਹੇ ਆ ਕੀ ਕਰੀਏ ਮਜਬੂਰੀ ਆ ਬੇਵਸੀ ਆ ਬੰਦਾ ਕਰੇ ਕੀ ਫਿਰ ਹੁਣ ਕਰੇ ਤਾਂ ਕਿਆ ਕਰ ਕਿਆ ਨਾ ਕਰੇ ਹਨਾ ਪਰੌਂਠੀਆਂ ਦੇਖੋ ਦੇਖੋ ਅੱਡੀ ਅੱਡੀਆਂ ਮੋਟੀਆਂ ਪਰੌਂਠੀਆਂ ਮਹਾਪਰਾਂਠਾ ਮਹਾਪਰਾਂਠਾ ਇਹਨੂੰ ਪੰਜਾਬੀ ਹੱਥ ਰੱਖ ਕੇ ਬਣਾਏ ਹੋਏ ਪਰੌਂਠੇ ਆ ਮੂਲੀ ਦੇ ਵਿੱਚ ਦੋ ਨਾਲ ਹੀ ਬਸ ਹੋ ਜਾਣੀ ਮੈਨੂੰ ਲੱਗਦਾ ਇੱਕੋ ਹੀ ਮਸੀ ਖਾਧਾ ਜਾਣਾ ਅੱਜ ਦਹੀਂ ਪਰੌਂਠਿਆਂ ਦੇ ਨਾਲ ਨਹੀਂ ਮਿਲਿਆ ਇਸ ਕਰਕੇ ਗੁੱਸੇ ਦੇ ਵਿੱਚ ਪਰੌਂਠੇ ਖਾਏ ਜਾ ਰਹੇ ਆ ਔਰ ਬੈਗ ਤਿਆਰ ਕੀਤਾ ਹੋਇਆ ਆ ਘਰ ਛੱਡ ਕੇ ਜਾ ਰਹੇ ਬੈਗ ਤਿਆਰ ਕੀਤਾ ਘਰ ਛੱਡ ਕੇ ਜਾ ਰਹੇ ਆ ਨਾਲ ਬੈਗ ਪਿਆ ਆ ਮੈਂ ਤੁਹਾਨੂੰ ਦਿਖਾਉਣੀ ਆ ਵਿੱਚ ਕੱਪੜੇ ਪੈਕ ਕੀਤੇ ਹੋਏ ਆ ਨਹੀਂ ਇਹ ਬੈਗ ਖਾਲੀ ਆ ਮੈਂ ਕੱਲ੍ਹ ਸ਼ੋਪਿੰਗ ਲਈ ਗਈ ਸੀ ਇਹ ਗੁੱਸਾ ਨਹੀਂ ਕਰਦੇ ਆਰਾਮ ਨਾਲ ਪਰੌਂਠੇ ਖਾ ਰਹੇ ਆ ਮਸਤ ਹੋ ਕੇ ਮਜ਼ੇ ਦੇ ਨਾਲ ਪਰੌਂਠੇ ਕਿੱਦਾਂ ਦੇ ਬਣੇ ਵਧੀਆ ਬਣੇ ਐਕਚੁਅਲੀ ਜੀ ਇਹਨਾਂ ਨੇ ਨਾ ਮੈਨੂੰ ਦਬਾ ਕੇ ਰੱਖਿਆ ਹੋਇਆ ਮੈਂ ਬੋਲ ਨਹੀਂ ਸਕਦਾ ਕੁਛ ਵੀ ਇਸ ਕਰਕੇ ਇਹ ਜੋ ਦੇ ਦਿੰਦੇ ਆ ਆਪਾਂ ਸਤਨਾਮ ਵਾਹਿਗੁਰੂ ਕਹਿ ਕੇ ਖਾ ਲਈਦੇ ਆ ਅਬਲਾ ਮਰਦ ਹਨਾ ਇਹੀ ਕਹਿ ਸਕਦੇ ਕਿ ਅਬਲਾ ਮਰਦ ਆ ਚਿੜੀ ਔਰ ਲੱਡੂ ਚੱਲਾ ਹੋਏ ਮਹਿਕ ਦੇ ਸਕੂਲ ਜਾਣ ਦਾ ਟਾਈਮ ਹੋ ਗਿਆ ਮਹਿਕ ਚਲੇ ਗਈ ਸਕੂਲ ਉਹਦੇ ਪਾਪਾ ਵੀ ਚਲੇ ਗਏ ਅਭੀ ਹਜੇ ਸੋ ਰਿਹਾ ਅਤੇ ਪਾਰਸ ਚੰਡੀਗੜ੍ਹ ਗਿਆ ਹੋਇਆ ਕੱਲ੍ਹ ਦਾ ਉਹਦਾ ਸ਼ੂਟ ਹੈ ਸਾਰੇ ਚਲੇ ਜਾਂਦੇ ਉਸ ਤੋਂ ਬਾਅਦ ਬੜਾ ਅਜੀਬ ਲੱਗਦਾ ਘਰ ਇਕੱਲਾ ਇਕੱਲਾ ਲੱਗਣ ਲੱਗ ਪੈਂਦਾ ਪਰ ਇਹ ਹੈ ਕਿ ਮੇਰੇ ਕੰਮ ਬਹੁਤ ਹੈ ਕਿਉਂਕਿ ਸਵੇਰੇ ਜਿੰਨਾ ਸਾਰਾ ਖਲਾਰਾ ਪਾ ਕੇ ਜਾਂਦੇ ਸਾਰੇ ਕੋਲ ਟਾਈਮ ਘੱਟ ਹੁੰਦਾ ਆਪਣੀਆਂ ਆਪਣੀਆਂ ਚੀਜ਼ਾਂ ਸਾਂਭਣ ਦਾ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਟਿਕਾਣੇ 'ਤੇ ਰੱਖਣਾ ਕੱਪੜੇ ਧੋਣੇ ਜਾਂ ਹੋਰ ਸਾਰੇ ਕੰਮ ਕਰਨੇ ਡੇਲੀ ਰੂਟੀਨ ਉਹਨਾਂ ਦੇ ਲੰਚ ਦਾ ਸਾਰਾ ਤਿਆਰੀ ਕਰਕੇ ਰੱਖਣੀ ਅਤੇ ਉਹ ਸਾਰੇ ਕੰਮ ਹੁਣ ਬਸ ਮੇਰੇ ਸ਼ੁਰੂ ਹੋਣ ਵਾਲੇ ਆ ਹਾਂਜੀ ਅਤੇ ਵੱਜ ਚੁੱਕੇ ਨੇ 11:30 ਅਤੇ ਮੇਰਾ ਚਾਹ ਪੀਣ ਨੂੰ ਮਨ ਕੀਤਾ ਥੋੜ੍ਹਾ ਅੱਜ ਕਿਉਂਕਿ ਥੋੜ੍ਹੀ ਠੰਡ ਕਾਫੀ ਲੱਗਦੀ ਪਈ ਹੈ ਤਾਂ ਲੰਚ ਦਾ ਮੈਂ ਥੋੜ੍ਹਾ ਹਾਫ ਡਨ ਕਰਕੇ ਰੱਖ ਦਿੱਤਾ ਹੋਇਆ ਹੈ ਮੈਂ ਸਕੂਲ ਗਈ ਹੈ ਅਤੇ ਕੱਲ੍ਹ ਅਸੀਂ ਨਾ ਵਲੌਗ ਰਿਕਾਰਡ ਕਰਦੇ ਪਏ ਸੀ ਅਤੇ ਉਸ ਤੋਂ ਬਾਅਦ ਮੈਂ ਮਹਿਕ ਨੂੰ ਪੁੱਛਿਆ ਮੈਂ ਕਿਹਾ ਕੱਲ੍ਹ ਅੱਜ ਤਾਂ ਤੂੰ ਘਰ ਹੈ ਤਾਂ ਵਲੌਗ ਆਪਾਂ ਰਿਕਾਰਡ ਕਰ ਲਿਆ ਅਤੇ ਕੱਲ੍ਹ ਤੂੰ ਸਕੂਲ ਚਲੇ ਜਾਣਾ ਹੈ ਤਾਂ ਫਿਰ ਆਪਾਂ ਕੀ ਕਰਾਂਗੇ ਮੈਂ ਕੀ ਕਰੂੰਗੀ ਅਤੇ ਅੱਜ ਮੈਨੂੰ ਉਹ ਵਾਰ ਵਾਰ ਜਾਂਦੀ ਹੋਈ ਇੱਕੋ ਗੱਲ ਵਾਰ ਵਾਰ ਕਹਿ ਕੇ ਗਈ ਹੈ ਕਿ ਮੰਮਾ ਤੁਸੀਂ ਵਲੌਗ ਬਾਅਦ ਵਿੱਚੋਂ ਰਿਕਾਰਡ ਕਰਕੇ ਰੱਖਣਾ ਆ ਤੁਸੀਂ ਕੁਛ ਬੋਲਣਾ ਆ ਕੁਛ ਵੀ ਕਰੋ ਕੁਛ ਮਤਲਬ ਵਧੀਆ ਕਰੋ ਜੋ ਤੁਹਾਨੂੰ ਠੀਕ ਲੱਗਦਾ ਆ ਤੁਸੀਂ ਕਰੋ ਉਹ ਪਰ ਤੁਸੀਂ ਕਰਕੇ ਜ਼ਰੂਰ ਰੱਖਣਾ ਉਹਦੇ ਵਾਰ ਵਾਰ ਕਹਿਣ ਦੇ ਉੱਤੇ ਪਹਿਲਾਂ ਤਾਂ ਮੈਨੂੰ ਸਮਝ ਹੀ ਨਹੀਂ ਸੀ ਲੱਗਦੀ ਕਿ ਮੈਂ ਕੀ ਕਰਨਾ ਆ ਅਤੇ ਚਲੋ ਆਪਾਂ ਕੁਛ ਗੱਲਾਂ ਅੱਜ ਸ਼ੇਅਰ ਕਰਦੀ ਹਾਂ ਮੈਂ ਤੁਹਾਡੇ ਨਾਲ ਅਤੇ ਦੇਖੋ ਜ਼ਿੰਦਗੀ ਦੇ ਵਿੱਚ ਕਿਸੇ ਦਾ ਚਲੇ ਜਾਣਾ ਜ਼ਿੰਦਗੀ ਦੇ ਵਿੱਚੋਂ ਇਸ ਦੁਨੀਆ ਦੇ ਵਿੱਚੋਂ ਚਲੇ ਜਾਣਾ ਹਰ ਉਹਦੇ ਪਿਆਰ ਕਰਨ ਵਾਲੇ ਦੇ ਵਾਸਤੇ ਜਿਹੜਾ ਆ ਉਹ ਬਹੁਤ ਦੁਖਦਾਈ ਹੁੰਦਾ ਆ ਉਹ ਟਾਈਮ ਕੱਢਣਾ ਜਿਹੜਾ ਆ ਬਹੁਤ ਔਖਾ ਹੁੰਦਾ ਆ ਅਤੇ ਮੇਰੀ ਵੀ ਕੁਛ ਲਾਈਫ ਦੇ ਵਿੱਚ ਇੱਦਾਂ ਹੀ ਹੋਇਆ ਅੱਜ ਤੋਂ ਸਾਲ ਪਹਿਲਾਂ 28 ਨਵੰਬਰ
मेरे मम्मी जेडे कि कैंसर की उन्होंने प्रॉब्लम सी उहदे नाल उन्हां दी डैथ हो गई। काफ़ी साल वह प्रॉब्लम दे नाल लड़दे रहे, बहुत ब्रेव सीगे, बहुत बहादुर सीगे, जिहड़ा इन्ना साल उन्होंने मतलब कि उस बीमारी दे नाल लड़िया ते इन्ना ट्रीटमेंट उन्हां दा चलदा रहा पटेल होस्पिटल तो। पर 28 नवंबर नूं उन्हां दी इत्थे शिंगारा सिंह होस्पिटल PGI दे विच उन्हां दी डैथ हो गई। तो इस 28 तरीक नूं साल हो गया, उस दिन असीं ब्लॉग भी नहीं कीता क्योंकि मन काफ़ी खराब सी ते नहीं हो सकिया, यही कारण सीगा। ते उन्हां दी जिहड़ी कमी आ, उन्हां दा जाणा आ जिहड़ा कि वह मेरे कोलों बर्दाश्त नहीं सी हो रहा, दिमाग दे उत्ते टेंशन ही पई रहिंदी सीगी, मतलब सारा दिन सोची जाणा, किसे काम नूं मन नहीं करना, किसे नूं शो भी नहीं होण दिंदी सी क्योंकि बच्चे आ, फिर थोड़ा महसूस करदे आ, बच्चियां लई तां सानूं खुश रहना ही पैंदा, पर अंदरों मन जिहड़ा आ कि वह बहुत टुट चुका सीगा क्योंकि मेरे फादर भी नहीं है। उन्हां दी डैथ मेरी मैरिज तो कोई 3 महीने बाद रोड एक्सीडेंट दे विच हो गई सी। ते मम्मी अज तो कोई साल पहला चले गए, तो उन्हां दा जिहड़ा जाना है मतलब कि मैनूं इदां लगा कि मम्मी दे हुंदिया इदां लगदा सी कि मैं हजे छोटी हाँ, मतलब कि मैनूं कोई टेंशन लैण दी लोड़ नहीं है, पर उन्हां दे जाण तो बाद मैनूं इदां महसूस होया कि हाँ हुण मैं वड्डी हो गई हाँ। मतलब कभी उन्होंने मैनू किसी चीज़ दे लई कभी सोचण नहीं सी दिता, कभी टेंशन नहीं सी लैण दित्ती, हजे कि वह खुद बीमार इन्ने हुंदे सीगे, पर फिर भी उन्होंने मैनू इको गल कहनी कि नहीं तू शेरमान, जदों भी मैं थोड़ा जिहा टेंशन दे विच होणा इदां नहीं करीदा, दलेर बणीदा, तू तां मेरा शेर पोता। उन्होंने कह कह के मैनू इन्नी कु पावर दे देनी कि मैं मतलब कि जिहड़ा काम मैनू औखा लगता हुंदा सी उन्हां दी मतलब कि हल्लाशेरी दे नाल मैनू सारे काम सौखे लगने शुरू हो जांदे सीगे। तो बच्चों ने भी यह सारा कुछ देखिया कि हाँ मम्मी टेंशन च रहिंदे आ, ते मेरे हसबेंड भी वह भी थोड़ा परेशान सीगे कि हाँ मैं थोड़ा बिजी हो, थोड़ा अपने आप को बिजी कर, पर किदां करा मैनू कुछ समझ नहीं सी आती। तो मेरी बेटी है जिहड़ी कि बहुत सियाणी आ, बच्चे मेरे बहुत काबिल आ, तीनों बच्चे, दोनों बेटे और मेरी बेटी बड़े अच्छे बच्चे आ, और उन्होंने मैनू इस चीज़ के लिए कि नहीं मम्मा आपां वीडियोज़ बनाना शुरू कर दे, तुसीं भी थोड़ा बिजी होवोंगे, थोड़ा थोड़ा मन होर होगा, तुसी सारा दिन घर रहने हो, कल्ले रहने हो ते परेशान हो जाते हो, क्योंकि उन्होंने पता सी, वो मैं देखते सी कि हाँ मम्मी काफ़ी टेंशन च रेंदे आ। तो हुंदा कि सी टेंशन हुंदी सी, किते किते मन इन्ना कु हुंदा सी कि इन्हां नूं फिर डांट देना, बच्चियां नूं डांट देना, पर बच्चे समझदे सी उस गल नूं कि मम्मा इदां क्यों करदे आ। पर महक ने मैनूं इस गल लई फिर तैयार किया कि नहीं मम्मा आपां वीडियोज़ करिया करदे आ, ਵੀ ਵੀਡੀਓਜ਼ ਆਪਾਂ ਬਣਾਇਆ ਕਰਾਂਗੇ, ਆਪਾਂ ਵੀ ਵਲੋਗ ਬਣਾਉਂਦੇ ਹਾਂ, ਤੁਹਾਡਾ ਵੀ ਮਨ ਹੋਰ ਹੋ ਜੂਗਾ। ਅਤੇ ਅਸੀਂ ਫਿਰ ਉਹਨਾਂ ਨੇ ਮੈਨੂੰ ਸਾਨੂੰ ਸਾਰਿਆਂ ਨੂੰ ਆਪਣੇ ਪਾਪਾ ਨੂੰ ਵੀ ਤਿਆਰ ਕੀਤਾ। ਵੈਸੇ ਇਹਦੇ ਪਾਪਾ ਨੇ ਸਾਨੂੰ ਕਦੀ ਵੀ ਕਿਸੇ ਚੀਜ਼ ਤੋਂ ਨਹੀਂ ਰੋਕਿਆ, ਕਦੀ ਵੀ ਅੱਜ ਤੱਕ ਨਹੀਂ ਰੋਕਿਆ, ਜੋ ਮੈਂ ਕਰਨਾ ਚਾਹਿਆ ਇਹਨਾਂ ਨੇ ਮੈਨੂੰ ਕਰਵਾਇਆ, ਜੋ ਮੇਰਾ ਸ਼ੌਂਕ ਸੀ ਇਹਨਾਂ ਨੇ ਕਦੀ ਰੋਕਿਆ ਨਹੀਂ ਹੈ, ਕਦੀ ਕਿਸੇ ਚੀਜ਼ ਲਈ ਨਹੀਂ ਰੋਕਿਆ। ਔਰ ਇਹਨਾਂ ਨੇ ਵੀ ਸਾਨੂੰ ਕਿਹਾ ਕਿ ਹਾਂ ਤੁਸੀਂ ਜੋ ਕਰਨਾ ਉਸ ਚੀਜ਼ ਨੂੰ ਕਰੋ। ਤੋ ਅਸੀਂ ਕੀਤਾ, ਉਹ ਚੀਜ਼ ਕੀਤੀ, ਅਸੀਂ ਵਲੋਗ ਬਣਾਉਣੇ ਸ਼ੁਰੂ ਕੀਤੇ, ਅਤੇ ਹੁਣ ਠੀਕ ਆ, ਹਰ ਰੋਜ਼ ਅਸੀਂ ਇੱਕ ਨਵਾਂ ਵਲੋਗ ਜਿਹੜਾ ਆ ਉਹ ਤਿਆਰ ਕਰਦੇ ਹਾਂ ਅਤੇ ਤੁਹਾਡੇ ਅੱਗੇ ਪੇਸ਼ ਕਰਦੇ ਹਾਂ। ਹੁਣ ਕਿੱਦਾਂ ਦਾ ਉਹ ਵਲੋਗ ਲੱਗਦਾ ਆ ਉਹ ਤਾਂ ਸਾਨੂੰ ਤੁਸੀਂ ਦੱਸਣਾ ਸਾਰਿਆਂ ਨੇ, ਕਿਉਂਕਿ ਇਸ ਵਲੋਗ ਬਣਾਉਣ ਦੇ ਪਿੱਛੇ ਕਾਫ਼ੀ ਮਿਹਨਤ ਲੱਗਦੀ ਆ, ਬਹੁਤ ਕੁਛ ਕਰਨਾ ਪੈਂਦਾ, ਬੱਚਿਆਂ ਦਾ ਵੀ ਟਾਈਮ ਲੱਗਦਾ ਆ, ਖਾਸ ਕਰਕੇ ਜ਼ਿਆਦਾ ਤਾਂ ਮਹਿਕ ਹੀ ਸਾਡੇ ਨਾਲ ਹੁੰਦੀ ਕਿਉਂਕਿ ਬੇਟੇ ਤਾਂ ਬਹੁਤ ਬਿਜ਼ੀ ਰਹਿੰਦੇ ਆ। ਸ਼ਾਮ ਦੇ ਵੱਜ ਗਏ ਨੇ 4:30 ਅਤੇ ਕੁਛ ਕੱਪੜੇ ਜਲਦੀ ਧੋਣ ਵਾਲੇ ਸੀ ਤਾਂ ਉਹ ਮੈਂ ਹੁਣ ਧੋ ਰਹੀ ਹਾਂ। ਮੈਂ ਸਕੂਲ ਤੋਂ ਆ ਗਈ ਸੀਗੀ, ਆਇਆਂ ਨੂੰ ਕਾਫੀ ਟਾਈਮ ਹੋ ਗਿਆ ਆ, ਆ ਕੇ ਸਟੱਡੀ ਵਗੈਰਾ ਕੀਤੀ ਸੀ ਅਤੇ ਹੁਣ ਵਲੋਗ ਸਟਾਰਟ ਕੀਤਾ ਆ ਮੈਂ ਆਪਣਾ ਸ਼ੂਟ ਕਰਨਾ। ਅਤੇ ਮੰਮਾ ਮੈਂ ਆ ਕੇ ਵੀਡੀਓਜ਼, ਮੈਂ ਮੰਮਾ ਨੂੰ ਕਹਿ ਕੇ ਗਈ ਸੀ ਤੁਸੀਂ ਵਲੋਗ ਪਿੱਛੇ ਉਹਦੀ ਰੈਡੀ ਕਰਕੇ ਰੱਖਣਾ ਹੈ, ਬਿਕੋਜ਼ ਮੈਂ ਆਰਡਰ ਕੀਤਾ ਸੀ ਮੈਮ ਨੇ, ਮੈਨੂੰ ਹੋਮਵਰਕ ਦੇ ਕੇ ਗਏ ਸੀ ਨਾ ਮੈਮ ਕਿ ਤੁਸੀਂ ਆਪਣਾ ਇਹ ਹੋਮਵਰਕ ਆ ਜਿਹੜਾ ਉਹ ਕਰਕੇ ਰੱਖਣਾ, ਵਲੋਗ ਬਣਾ ਕੇ ਰੱਖਣਾ, ਕਿਉਂਕਿ ਮੈਂ ਘਰੇ ਤਾਂ ਹੋਣਾ ਨਹੀਂ ਸੀਗਾ ਅਤੇ ਪਿੱਛੋਂ ਵਲੋਗ ਮੇਰਾ ਰਹਿ ਜਾਣਾ ਸੀਗਾ ਅੱਜ ਦੇ ਦਿਨ ਦਾ, ਫਿਰ ਉਹ ਵਧੀਆ ਨਹੀਂ ਲੱਗਣਾ ਸੀਗਾ ਅਤੇ ਫਿਰ ਮੈਂ ਮੰਮਾ ਨੂੰ ਕਿਹਾ ਮੈਂ ਕਿਹਾ ਵੀਡੀਓਜ਼ ਬਣਾ ਕੇ ਰੱਖਿਓ। ਅਤੇ ਜਦੋਂ ਮੈਂ ਆ ਕੇ ਦੇਖੀਆਂ, ਨਾਸ਼ਤਾ ਵਗੈਰਾ ਕਰਦੀ ਨੇ, ਲੰਚ ਵਗੈਰਾ ਕਰਦੀ ਨੇ ਦੇਖੀਆਂ ਤਾਂ ਉਹ ਵਧੀਆ ਸੀਗੀਆਂ, ਕਾਫੀ ਵਧੀਆ ਬਣੀਆਂ। ਮੰਮਾ ਨੇ ਨਾਨੀ, ਹਾਂ ਨਾਨੀ ਜੀ ਦੀ ਵੀ ਗੱਲ ਕੀਤੀ ਅਤੇ ਇਮੋਸ਼ਨਲ ਹੋ ਗਏ ਸੀ ਥੋੜ੍ਹਾ, ਉਹ ਬਹੁਤ ਵਧੀਆ ਗੱਲਾਂ ਕੀਤੀਆਂ, ਜੋ ਵੀ ਸਾਰਾ ਕੁਛ ਮੈਨੂੰ ਬਹੁਤ ਵਧੀਆ ਲੱਗਾ। ਅਤੇ ਮੰਮਾ ਦਾ ਇੱਕ ਫੇਵਰੇਟ ਗਾਣਾ ਆ, ਨਾਨੀ ਦਾ ਵੀ ਇੱਕ ਫੇਵਰੇਟ ਗਾਣਾ ਆ ਸਿੱਧੂ ਮੂਸੇਵਾਲਾ ਦਾ, ਅਤੇ ਮੈਂ ਵੀ ਤੁਹਾਨੂੰ ਸੁਣਾਉਣਾ ਚਾਹੁੰਦੀ ਹਾਂ ਕਿ ਜੇ ਆਪਾਂ ਵਲੋਗ ਦਾ ਐਂਡ ਕਰਨਾ ਤਾਂ ਕੁਛ ਵਧੀਆ ਤਰੀਕੇ ਨਾਲ ਕਰੀਏ। ਅਤੇ ਡੀਅਰ ਮੰਮਾ ਤੁਸੀਂ ਵੀ ਗਾਣਾ ਸੁਣਿਆ ਹੋਣਾ, ਮੈਂ ਤੁਹਾਨੂੰ ਸੁਣਾਉਂਦੀ ਹਾਂ। ਕਦੇ ਸੂਰਜ ਵਾਂਗੂ ਤਪਦਾ ਹਾਂ,
सूरज वांगू तपदा कदे शांत सवेरे वरगाया मां मैनू लगदा रहंदा मैं जमा तेरे वरगाया मां मैनू लगदा रहंदा मैं जमा तेरे वरगाया कई वारी बापू वांगू दुनिया ते हक जाया जांदा पर हर वारी मां तेरे वांगू तरस जाया जांदा कई कहंदे आहा चेहरा हां कहंदे आहा चेहरा जमा तेरे चेहरे वरगाया मां मैनू लगदा रहंदा मैं जमा तेरे वरगाया। थैंक यू। मेरा एक्चुअली गला थोड़ा खराब सीगा। बहुत वधिया कहानी होया इन्ना वधिया। वैसे गाना है ही बहुत वधिया है। बहुत वधिया गाना है ये और मैनू तो बहुत पसंद है। ते बाकी हुण करो तुसीं। हाँ हुण व्लॉग दा एंड करना चाहिए है क्योंकि फिर पोस्टिंग लेट हो जाती है क्योंकि एडिट करना हुण मैं ते आ एंड आपा कर देना है व्लॉग क्योंकि अगे पेपर भी आने वाले है तो मैनू ये हुंदा है कि चलो इहदा हुण थोड़ा टाइम रह गया 10th दी स्टडी दा तो 10th बोर्ड दी हुंदी है जिदा तुहानू पता ही है सारिआं नूं तो मैनू ये हुंदा कि वध तों वध जिहड़ा इहदा कि म्यूजिक दे नालों भी पहलां इह हुण स्टडी नूं थोड़ा टाइम दवे ते म्यूजिक तो चलो चलदा ही है नाल जिदा भी है पर यह है कि फिर भी यह दोनों चीज़ों बराबर का टाइम दे के म्यूजिक नूं भी दिंदी है सवेरे उठ के प्रैक्टिस भी करती है स्टडी करके फिर स्कूल जाना स्कूल तो आके फिर देखो चार सवा चार साढ़े चार दे विच इह घर पहुँचती है उस तो बाद फिर पंज दा वजन दे खाना वगैरह खांदिआं नूं ते उस तो बाद फिर म्यूजिक क्लास हुंदी है म्यूजिक क्लास तो आके फिर दूसरे दिन पेपर की तैयारी करनी ते फिर भी कई बार टीचर आ जिहड़े जे म्यूजिक वाले आ तां उह कहिंदे आ कि सानूं 100% चाहीदा आ तां स्टडी वाले उह कहिंदे 100% चाहीदा उह अपनी जगह बिल्कुल सही हैगे आ पर थोड़ी देर दे वास्ते मैं कहिंदी आ कि नहीं हाँ जिहड़ी स्टडी है ਉਹ ਨੰਬਰ 1 ਤੇ ਹੋਣੀ ਚਾਹੀਦੀ ਹੈ ਕਿਉਂਕਿ ਪੇਪਰ ਜਿਹੜੇ ਆ ਬਹੁਤ ਨਜ਼ਦੀਕ ਆ ਕਿਉਂਕਿ ਜਿੱਥੇ ਵੀ ਜਾਣਾ ਉਹਨਾਂ ਨੇ 10th ਦਾ ਹੀ ਸਰਟੀਫਿਕੇਟ ਦੇਖਣਾ ਹੈ ਉਹੀ ਚੱਲਣਾ ਹੈ ਬੋਰਡ ਦੇ ਐਗਜ਼ਾਮਸ ਆ ਰਹੇ ਤਾਂ ਸਭ ਤੋਂ ਇੰਪੋਰਟੈਂਟ ਸਟੱਡੀ ਆ ਪਹਿਲੇ ਨੰਬਰ ਤੇ ਤਾਂ ਹਾਂ ਬਾਕੀ ਸਕੂਲ ਦਾ ਵੀ ਅਸੀਂ ਜੇ ਹੁਣ ਕੋਈ ਕੰਪੀਟੀਸ਼ਨ ਹੋਇਆ ਤਾਂ ਅਸੀਂ ਨਹੀਂ ਕਰਾਂਗੇ ਕਿਉਂਕਿ ਪਹਿਲਾਂ ਤਾਂ ਇਹਨੂੰ ਸਟੱਡੀ ਹੀ ਜਿਹੜੇ ਪੇਪਰ ਆ ਜਿਹੜੇ ਉਹ ਵਧੀਆ ਹੋ ਜਾਣ ਉਸ ਤੋਂ ਬਾਅਦ 10th ਤੱਕ ਤਾਂ ਕੋਈ ਆਪਸ਼ਨ ਹੈ ਹੀ ਨਹੀਂ ਹੈ ਨਾ चलो उस तो बाद टाइम हुंदा क्योंकि ऑप्शन भी हुंदा है तो सब्जेक्ट्स भी थोड़े घट जाते हैं तो यही कारण है कि थोड़ा जिहा मतलब कि टाइम जिहड़ा इह बिजी होण करके ब्लॉग दे विच इह घट हुंदी है। हाँ जिस दिन छुट्टी हुंदी है तो उस दिन तो ब्लॉग दे विच चलो तुसी देखदे ही हो सारे कि हाँ सारे असी इकट्ठे ब्लॉग बनाईदा पर हुण इहने मैनूं तैयार कीता कि नहीं मम्मा जे मैं नहीं हुंदी तां तुसी कुछ ना कुछ करो पर आपां ਜਿਹੜਾ ਕਿ ਆਪਾਂ ਇੱਕ ਪ੍ਰੋਮਿਸ ਕੀਤਾ ਜਿਹੜਾ ਕਿ ਆਪਾਂ ਡੇਲੀ ਵਲੌਗ ਇੱਕ ਪਾਉਣਾ ਆ ਤਾਂ ਉਹ ਆਪਾਂ ਪਾਉਣਾ ਆ ਤੁਸੀਂ ਮੇਰੇ ਜਾਣ ਤੋਂ ਬਾਅਦ ਤੁਸੀਂ ਵਲੌਗ ਕਰਿਆ ਕਰੋ ਤੁਸੀਂ ਕੁਛ ਵੀ ਜਿਹੜਾ ਵਧੀਆ ਸ਼ੂਟ ਕਰਿਆ ਕਰੋ ਅਤੇ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਬਾਕੀ ਪਤਾ ਨਹੀਂ ਹੁਣ ਤੁਹਾਨੂੰ ਕਿੱਦਾਂ ਦਾ ਲੱਗਦਾ ਆ ਅਤੇ ਇਹ ਤਾਂ ਹੁਣ ਤੁਸੀਂ ਆਪਣੇ ਕਮੈਂਟਸ ਦੇ ਵਿੱਚ ਦੱਸਣਾ ਆ ਤਾਂ ਬਾਕੀ ਸਾਡੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਲਾਈਕ ਕਰੋ ਕਮੈਂਟ ਕਰੋ ਔਰ ਸ਼ੇਅਰ ਕਰੋ ਪ੍ਰੈਸ ਬੈਲ ਜਿਹੜਾ ਬੈਲ ਆਈਕਨ ਹੈਗਾ ਜ਼ਰੂਰ ਤੁਸੀਂ ਪ੍ਰੈਸ ਕਰਨਾ ਉਹਦੇ ਨਾਲ ਜਿਹੜੀਆਂ ਵੀ ਅਸੀਂ ਨਵੀਆਂ ਵੀਡੀਓਜ਼ ਪੋਸਟ ਕਰਾਂਗੇ ਤੁਹਾਨੂੰ ਉਹਦੇ ਨੋਟੀਫਿਕੇਸ਼ਨਸ ਆਉਂਦੇ ਰਹਿਣਗੇ ਅਤੇ ਤੁਸੀਂ ਪੂਰੀ ਵੀਡੀਓ ਦੇਖਣੀ ਹੈ ਐਂਡ ਜਦੋਂ ਵੀ ਅਸੀਂ ਵਲੌਗ ਪੋਸਟ ਕਰਾਂਗੇ ਤੁਸੀਂ ਰੋਜ਼ ਦੇਖਿਆ ਕਰਨਾ ਆ ਐਂਡ ਹੁਣ ਅਸੀਂ ਕਰਦੇ ਹਾਂ ਵਲੌਗ ਦਾ ਐਂਡ ਮਿਲਾਂਗੇ ਨੈਕਸਟ ਵਲੌਗਸ ਬਾਏ 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 ਬਾਏ।